ਤੁਸੀਂ 2010 ਦੇ ਵਿੱਚ ਤਾਂ ਸਾਰਾ ਕੁਝ ਦਾਣ ਕਰਤਾ ਸੀ 2016 ਚ ਫਿਰ ਮੈਰਿਜ ਕਰਾ ਲਈ ਇਹ ਗੱਲ ਸੱਚੀ ਹੈ ਉਸ ਬਾਅਦ ਇਹ ਉਹਨੂੰ ਫੈਮਿਲੀ ਦਾ ਹੋ ਗਿਆ ਲਾਜ ਹੁਣ ਐਡੀ ਵੱਡੀ ਫੈਮਿਲੀ ਹੈ ਮੈਂ ਕਿਵੇਂ ਸੰਭਾਲਦਾ ਪਾਸਾ ਪਾਸਾ ਹੋ ਜਾ ਤੁਦੋ ਕੋਈ ਜਿਹੜਾ 35 ਸਾਲ ਦਾ ਮੁੰਡਾ ਉਹਨੂੰ ਮੈਂ ਕਿਵੇਂ ਸੰਭਾਲਦਾ ਇਹ ਸਮਝਾ ਅੱਛਾ ਉਹ ਕਹਿੰਦੀ ਵੀ ਆਪਦੇ ਬੱਚੇ ਲੈ ਕੇ ਤੁਹਾਡੇ ਨਾਲ ਰਹਿਣ ਲੱਗਣਾ ਉਹ ਤੋਂ ਵਿਗੜੀ ਮੈਂ ਫੇਰ ਵੀ ਵਿਗਾੜੀ ਕਦੀ ਮੇਰੇ ਨਾਲ ਬਰਾਤ ਕਰ ਕਰ ਗਏ ਤੇ ਬਰਾਤ ਦਾ ਪਰਚਾ ਹੋ ਗਿਆ ਹੁਣ ਰਿਕਾਰਡ ਹੈ ਵਿਆਹ ਕਰਾ ਕੇ ਤੇ ਡੀਐਸਪੀ ਨੂੰ ਸੇ ਰਮਾਣਾ ਸਾਡੇ ਸਾਡੇ ਸਾਹਾਂ ਦਾ ਵਕੀਰ ਕਹਿੰਦਾ ਕੇ 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 ਰਿਸ਼ਤਾ ਹੋ ਜਾਏ ਜੇ ਵੇਖੋ ਆदमी ਬੰਦਾ ਵਿਆਹ ਕਰੇ ਡੇਢੀ ਕਰਕੇ ਜੜ ਕੇ ਕੇਸ ਰਿਸ਼ਤਾ ਜਦਾਂ ਇਹ ਸੈਕੰਡ ਮੈਜ ਨਹੀਂ ਕਰਾ ਸਕਦਾ ਤਲਾਕ ਬਿਨਾ ਇਹ ਵੀ ਕੱਲੀ ਹੈ ਇਹਦੇ ਕੋਈ ਸੋਰਸ ਆਵਿੰਕਮ ਹੈ ਨਹੀਂ ਇਹਦਾ ਤਲਾਕ ਹੋ ਗਿਆ ਤੇ ਤੈਨੂੰ ਲੋਡ ਆ ਬੜਾ ਪੇ ਦੀ ਉਹ ਆਗੇ ਜਿਹੜੇ ਬੈਠੇ ਵੇਖਿਆ ਮੈਂ ਪਹਿਲਾਂ ਕਿਉਂ ਨਹੀਂ 5-6 ਸਾਲ ਬਟੇ ਮੈਨੂੰ ਮੈਂ ਲੱਗਾ ਯਾਰ ਕੋਈ ਡੇਢੀ ਆਪਾਂ ਨੂੰ ਕੋਈ ਗਲਤ ਨਾ ਮੇਜੇ ਮੈਂ ਕਹਿੰਦੀ ਮੈਨੂੰ ਸਿਰਫ ਰੋਟੀ ਦੀ ਲੋੜ ਹੈ ਜੀ ਬੁਢੀ ਦੀ ਲੋੜ ਨਹੀਂ ਤੇ ਉਹ ਗੱਲ ਠੀਕ ਹੈ ਮੈਂ ਕਿਹਾ ਤੂੰ ਕਿਵੇਂ ਰਹਿਣਾ ਤੂੰ ਮੇਰੇ ਨਾਲੋਂ 15 ਸਾਲ ਛੋਟੀ ਹੋਵੇਂਗੀ ਜੀ ਮੇਰੇ ਤੂੰ ਦੱਸ ਭੈਣ ਬਣ ਕੇ ਰਹਿਣਾ ਧੀ ਬਣ ਕੇ ਰਹਿਣਾ ਕਿਵੇਂ ਰਹਿਣਾ ਸਾਡੇ ਗਲਟੋਂ ਦਾ ਬਾਪੂ ਉਹਦੇ ਕੋਈ ਪਿੱਛੇ ਜਵਾਬ ਸੀ ਜੀ ਫਿਰ ਬਾਦ ਵਿੱਚ ਜਦੋਂ ਸਾਰਾ ਕੁਝ ਸਾਡਾ ਹੋ ਗਿਆ ਰਹਿਣ ਲੱਗੇ ਵਿਆ ਉਦੋਂ ਫਿਰ ਮੈਨੂੰ ਪਤਾ ਲੱਗਾ ਜੀ ਫੈਮਿਲੀ ਪਹਿਲਾਂ ਦੱਸੀ ਨਹੀਂ ਪੂਰੀ ਫੈਮਿਲੀਓ ਨੇ ਉਹਦੀ ਫੈਮਿਲੀ ਇਹ ਸੀ ਕਿ ਇੱਕ ਤਾਂ ਉਹ ਹਸਵਾਲ ਨਾਲ ਤਲਾਕ ਨਹੀਂ ਹੋਇਆ ਸੀ ਅੱਛਾ ਉਹਦੀ ਬਣਦੀ ਨਹੀਂ ਸੀ ਹੱਕਾਰ ਇਹਨਾਂ ਠੀਕ ਹੈ ਫਿਰ ਇਹ ਕਿ ਤਲਾਕ ਨਹੀਂ ਹੋਇਆ ਸੀ ਠੀਕ ਹੈ ਇੱਕ ਦਾਰੀ ਨੀ ਬੇਟੀ ਸੀ अच्छा कोई ਪਰਤਾਜ ਸੁਝਾਤਾ ਸੀ ਉਹ ਕਿੱਥੇ ਰਹਿੰਦੇ ਹਾਂਜੀ ਉਹਦੇ ਬੱਚੇ ਸੀ ਜੀ ਉਹਦੀ ਕੁੜੀ ਵੀ ਵਿਆਹੀ ਹੈ ਹੁਣ ਦੋ ਮੁੰਡੇ ਸੀ ਉਹ ਮੁੰਡਾ ਉਹਦਾ ਸੀ ਕਰੇ ਪਿੰਡ ਦਾ ਨਾ ਜੋ 100-100 ਕੋਲ ਕੋਈ ਜਮੀਨ ਨੇ ਕੁਝ ਹੁਣ ਦੱਸਤਾ ਸੀਗਾ ਵੀ ਆਪਾਂ ਸਾਰੇ ਜ਼ਮੀਨਦਾਨ ਕਰ ਚੁੱਕੇ ਹਾਂ ਮੈਂ ਮੈਂ ਉਹ ਮੈਂ ਕਿਹਾ ਸੀ ਮਾਣ ਪਤਾ ਕੀ ਕਿਹਾ ਸੀ ਹਾਂ ਮੈਂ ਕਿਹਾ ਜਿਹੜੀ ਪਿੰਡ ਬਰੀ ਪ੍ਰਾਪਰਟੀ ਹੈ ਜਮੀਨ ਜੈਸਾ ਉਹ ਮੈਂ ਦੇ ਚੁੱਕਿਆ ਹਾਂ ਜੀ ਆਹ ਮੇਰੀ ਬਟਿੰਡੇ ਵਾਲੀ ਪ੍ਰਾਪਰਟੀ ਹੈ ਨਾ ਹਾਂ ਇਹ ਅੱਜ ਮਿਨੀਮਮ 15 ਕਰੋੜ ਦੀ ਹੈ ਠੀਕ ਹੈ ਇਹ ਬਗ ਤੇਰੀ ਹੈ ਅੱਛਾ ਹਾਂ ਮੈਂ ਕਿਸੇ ਨੂੰ ਨਹੀਂ ਦਿੰਦਾ ਇਹ ਤੇ ਫਿਰ ਰੌਲਾ ਕਿੱਥੋਂ ਪੈ ਗਿਆ ਮੈਂ ਦਿੰਦਾ ਜੀ ਮੈਂ ਉਹਦੇ ਨਾਲ ਇੱਕ ਬਿੱਲ ਦਿਖਾ ਦਿੱਤੀ ਵਸੀਅਤ ਵਸੀਅਤ ਉਹ ਕਹਿੰਦੇ ਬਾਪੂ ਕਰਜ਼ਾ ਬਹੁਤ ਦੇਣਾ ਬਾਪੂ ਨੇ ਇਹ ਗੱਲ ਹੈ ਹਾਂ ਨਾ ਮੈਂ ਕਿਹਦਾ ਕਰਜ਼ਾ ਪੰਜ ਨਹੀਂ ਦੇਣੀ ਮੈਂ ਕਿਹਾ ਦੱਸੇ ਕੋਈ ਮਤਲਬ ਕਿ ਤੁਸੀਂ ਕਹਿਣਾ ਵੀ ਪ੍ਰਮਾਤਮਾ ਨੇ ਜਦੋਂ ਦੇਣਾ ਘਰੇ ਬਾਪੂ ਮੇਰੇ ਦਿਮਾਗ ਮੈਂ ਪਿੰਡ ਘਰ ਹੋ ਗਿਆ ਮੇਰੇ ਦਿਮਾਗ 'ਚ ਨਹੀਂ ਮੈਂ ਪੰਪ ਲਾਉਣਾ ਉੱਥੇ ਜਾ ਕੇ ਆ ਗਿਆ ਬਾਪੂ ਇੱਕ ਜਿਹੜੀ ਹੈਗਾ ਵੀਡੀਓ ਕਿਸ ਨੇ ਇੱਕ ਇਹ ਵੀ ਚੱਲਦੀ ਹੈ ਵੀ ਤੁਸੀਂ 2010 ਦੇ ਵਿੱਚ ਤਾਂ ਸਾਰਾ ਕੁਝ ਦਾਨ ਕਰਤਾ ਸੀ 2016 'ਚ ਫਿਰ ਮੈਰਿਜ ਕਰਾ ਲਈ ਇਹ ਗੱਲ ਸੱਚੀ ਹੈ ਹਾਂਜੀ ਤੇ ਫਿਰ ਬਾਪੂ ਇੱਕ ਹੀ ਕਾਰਨ ਹੋ ਜਾਂਦਾ ਮੰਨ ਲਓ ਨਹੀਂ ਮੈਂ 2012 13 ਦਿੱਤਾ ਇਹਨਾਂ ਮੁੰਡਿਆਂ ਨੂੰ ਠੀਕ ਹੈ ਜੀ 11 ਜਿਹੜਾ ਸੀ ਦੋ ਵਾਰ ਮਾਜੀ ਬਾਈ ਦੀ ਡੈਥ ਹੋਣੀ ਸੀ 2011 ਚ ਜੀ 2016 ਤੱਕ ਬਿਲਕੁਲ ਮੈਂ ਉੱਥੇ ਕਹਿੰਦਾ ਜ ਆਹ ਮੁੰਡਾ ਜਿਹੜਾ ਇੱਥੇ ਫਿਰਦਾ ਜਿਹਦੇ ਨਾਲ 4 ਕਿੱਲੇ ਜ਼ਮੀਨ ਕਰਾਈਏ ਜੀ ਜੀ ਇਹ ਬਿਲਕੁਲ ਹੁੰਦਾ ਸੀ ਠੀਕ ਹੈ ਇਹਦਾ ਮੈਂ ਪਿੰਡ ਘਰ ਬਣਾ ਕੇ ਦਿੱਤਾ ਠੀਕ ਆਪੂ ਵਧੀਆ ਘਰ ਬਣਾ ਦਿੱਤਾ ਪਿੰਡ ਠੀਕ ਹੈ ਇਹਨੂੰ ਅੱਡ ਬਣਾਦਾ ਪਿੰਡ ਇਹ ਮੇਰੇ ਕੋਲ ਰਹਿੰਦਾ ਸੀ ਇੱਥੇ ਤੇ ਮੈਂ ਕਿਹਾ ਚਲੋ ਇਹ ਵੀ ਜਾਊਗਾ ਕਦੇ ਫਿਰ ਮੈਂ ਉੱਥੇ ਬੈਠਾ ਮੈਂ ਕੋਈ ਸਵੇਰੇ ਲਾਤ ਹੋ ਕੇ ਮੈਂ 9 10 ਵਜੇ ਤਿਆਰ ਹੋ ਕੇ ਬੈਠਾ ਅਖਬਾਰ ਖੂਰ ਪੜ੍ਹੀ ਜਾਂਦਾ ਮੇਰਾ ਇੱਕ ਦੋਸਤ ਸੀਗਾ ਓਕੇ ਉਹ ਮੈਡਮ ਸੀਗੀ ਉਹਨੂੰ ਨਾਲ ਲੈ ਕੇ ਆਇਆ ਕਹਿੰਦਾ ਯਾਰ ਤੂੰ ਇਹਨੇ ਰੈਖਲਾ ਮੈਡਮ ਨੂੰ ਵੀ ਲੋੜ ਹੈ ਇਹ ਵੀ ਕੱਲੀ ਆਏ ਜੇ ਕੋਈ ਸੋਰਸ ਆਵਿੰਕਮ ਹੈ ਨਹੀਂ ਇਹਦਾ ਤਲਾਕ ਹੋ ਗਿਆ ਤੇ ਤੈਨੂੰ ਲੋੜ ਹੈ ਬੜਾਪੇ ਦੀ ਉਹ ਆ ਕੇ ਜਿਹੜੋ ਬੈਠੇ ਵੇਖਿਆ ਮੈਂ ਬੈਰ ਕਿਉਂ ਨਹੀਂ 5 6 ਸਾਲ ਬਟਾ ਮੈਨੂੰ ਇਹ ਲੱਗਾ ਯਾਰ ਕੋਈ ਨੇੜੇ ਆਪਾਂ ਨੂੰ ਕੋਈ ਗਲਤ ਨਾ ਮਿਲ ਜੇ ਬਿਲਕੁਲ ਤਾਂ ਕਾਨੂੰ ਆਪਾਂ ਨੂੰ ਅੱਜ ਵੀ ਮਾਰੇ ਜਾਂਦੇ ਘਰ ਵਾਲੇ ਨੇ ਮਾਰ ਦਿੰਦੀ ਹੈ ਨਾ ਮੈਂ ਉਹੀ ਕਹਣਾ ਬਾਪੂ ਹੁਣ 78 ਸਾਲੋਂ ਮਰਿਆ ਉਦੋਂ 81 ਸਾਲ ਮਰੂਗ ਥੋੜੀ ਹਾਂਜੀ ਹਾਂਜੀ ਤੇ ਕਿਆ ਮੈਂ ਉਹੀ ਕਹਣਾ ਵੀ 81 ਸਾਲ ਉਦੋਂ ਪਹਿਲਾਂ ਜਿਹੜਾ ਤੁਹਾਡੇ ਚ ਮੰਨ ਲਓ ਵਿਆਹ ਕਰਾਉਣ ਦਾ ਫੈਸਲਾ ਕਾਹਦੇ ਕਰਕੇ ਆ ਵੀ ਮੁੰਡਿਆਂ ਨੇ ਦੇਖਣਾ ਮੈਨੂੰ ਘਰ ਵਾਲੀ ਚਾਹੀਦੀ ਹੈ ਨਹੀਂ ਉਹਦੇ ਉਹਦਾ ਕਾਰਨ ਕੀ ਸੀ ਇਕੱਲੇ ਮਹਿਸੂਸ ਕਰਦੇ ਸੀ ਜਾਂ ਕੇਅਰ ਛੱਡਤੀ ਸੀ ਨਹੀਂ ਇੱਥੇ ਤਾਂ ਕੋਈ ਮਹਿਸੂਸ ਨਹੀਂ ਕਰਦੇ ਨਾ ਤਫਰ ਕੀ ਕਰਨਾ ਇਹ ਮੈਨੂੰ ਜੀ ਮੈਂ ਕਹਿਆ ਵੀ ਚਲੋ ਮੈਂ ਇਸ ਘਰ ਜੇ ਮੈਡਮ ਨੂੰ ਮੈਂ ਕਹਦਾ ਸੀ ਜਿਵੇਂ ਆਏ ਪਹਿਲੇ ਦਿਨ ਨਾਲ ਜੀ ਮੈਂ ਕਿਹਾ ਮੈਡਮ ਮੈਨੂੰ ਬੁਢੀ ਦੀ ਕੋਈ ਲੋੜ ਨਹੀਂ ਇਹ ਬੰਦਾ ਵਿਆਹ ਕਰਦਾ ਬੁਢੀ ਉਹ ਮੈਨੂੰ ਕੋਈ ਲੋੜ ਨਹੀਂ ਠੀਕ ਮੈਨੂੰ ਦਾ ਆ ਵੀ ਮੇਰੇ ਕੋਲੇ ਰਵੇ ਹਰ ਬੰਦਾ ਬੰਦਾ ਕੋਈ ਮੈਨੂੰ ਸਾਰਾ 24 ਘੰਟੇ ਤੇ ਉਹ ਮੈਨੂੰ ਸੰਭਾਲੇ ਬਿਠਾਵੇ ਉਠਾਵੇ ਘਰ ਵਾਲੀ ਦਾ ਵਿਆਹ ਕਿਉਂ ਕਰਾਦਾ ਕਰ ਵਾਲੀ ਹਰ ਵੇਲੇ ਉਹਦੇ ਜੀਵਨ ਸਾਥੀ ਹੁੰਦੀ ਹੈ ਨਾਲ ਰਹਿੰਦੀ ਹਰ ਵੇਲੇ ਜੀ ਤੁਸੀਂ ਲੋਕੋ ਰੱਖੋਗੇ ਉਹ ਤਾਂ ਦੋ ਘੰਟੇ ਉਹਦੇ ਜਾਣੂ ਕਿ ਘਰ ਨਹੀਂ ਜਾਂਦੀ ਕਿਤੇ ਬਿਲਕੁਲ ਘਰ ਇਹਨਾਂ ਬਾਕੇ ਮੇਰੇ ਮਾਪੇ ਤਾਂ ਆ ਮੇਰੇ ਗੋਡੇ ਦੀ ਪ੍ਰੋਬਲਮ ਹੈ ਨਹੀਂ ਸੀ ਉਹ ਜਿਵੇਂ ਅੱਛਾ ਬਿਲਕੁਲ ਨਹੀਂ ਸੀ ਇਹ ਹੁਣ ਹੋਈ ਹੈ ਨਾ ਸਾਲ ਕੀ ਠੀਕ ਹੈ ਤੇ ਮੈਂ ਕਿਹਾ ਫਿਰ ਵੀ ਮੈਂ ਇਕੱਲਾ ਹੈਗਾ ਕੱਪੜਾ ਸੀਰਾ ਲਾਉਣਾ ਥੋੜਾ ਰੋਟੀ ਬਣਾਉਣੀ ਮੈਂ ਕਿਹਾ ਮੈਨੂੰ ਇੱਕ ਇਹ ਪਹਿਲੀ ਸਪਸ਼ਟ ਮੇਰੇ ਸਾਹਮਣੇ ਉਹਨੂੰ ਪੁੱਛੋ ਮੈਂ ਕਿਹਾ ਜੀ ਮੈਨੂੰ ਸਿਰਫ ਰੋਟੀ ਦੀ ਲੋੜ ਹੈ ਜੀ ਬੁਢੀ ਦੀ ਲੋੜ ਨਹੀਂ ਬਿਲਕੁਲ ਤੇ ਉਹ ਕਹਿੰਦੀ ਠੀਕ ਹੈ ਮੈਂ ਕਿਹਾ ਤੂੰ ਕਿਵੇਂ ਰਹਿਣਾ ਤੁਮੇਰ عمر ਚ 15 ਸਾਲ ਛੋਟੀ ਹੋਵੇਗੀ ਜੀ ਮੇਰੇ ਤੂੰ ਦਸ ਭੈਣ ਬਣ ਕੇ ਰਹਿਣਾ ਧੀ ਬਣ ਕੇ ਰਹਿਣਾ ਕਿਵੇਂ ਨਾ ਕਦੀ ਮੈਂ ਘਰ ਬਣ ਕੇ ਰੋਗ ਘਰ ਵਾਲੀ ਬਣ ਕੇ ਮਤਲਬ 68 ਸਾਲ ਦੇ ਤੁਸੀਂ 81 ਸਾਲ ਦੇ ਸੀ ਹਾਂ ਮੈਂ ਕਿ ਉਹ ਘਰ ਮੈਂ ਉਹਦਾ 80 ਸਾਲ ਦਾ ਸੀ 6 ਸਾਲ ਹੋ ਗਏ ਜੀ ਤੇ ਉਹ ਬੰਦੇ ਨੂੰ ਕੰਠੀ ਦਾ 12 ਸਾਲ 65 ਸਾਲ ਕਦੀ ਮੈਂ ਕਦੀ ਮੈਂ ਰੋਗੀ ਘਰ ਵਾਲੀ ਬਣ ਕੇ ਜੀ ਘਰੇ ਬਣ ਕੇ ਸੇਵਾ ਜਿਆਦਾ ਹੀ ਹੁੰਦੀ ਹੈ ਹੂੰ ਕੋਈ ਬਰਾ ਮ ਲੱਤਾਂ ਵਾ ਲਪੜੀਆਂ ਕੁੜੀ ਤਾਂ ਨਹੀਂ ਸਰੀ ਪਿਓ ਦੀ ਲੱਤਾਂ ਵਾ ਲਪਸ ਮਾਝ ਮੈਨੂੰ ਕੁਇਦਰਾ ਹੀ ਪਰ ਮੈਂ ਕਿਛੜ ਸਕੀ ਆ ਆ ਐਂਦੀ ਪਰ انا ਮੈਂ ਦਾ ਜੀ ਲੀਗਲ ਮੈਰਿਜ ਕਰਾਉਂਗਾ ਬਿਲਕੁਲ ਗੁਰਦੁਆਰੇ ਲੋਕਾਂ ਨੂੰ ਮੈਂ ਕੋਈ ਹੋਰ ਚੱਕਰ ਪੈ ਜਾਂਦਾ ਚਲੋ ਜੋ ਸਾਡਾ ਹੋ ਗਈ ਗੱਲਬਾਤ ਕਰ ਲਈ ਰਹਿਣ ਲੱਗੇ ਮੈਂ ਉਹਦੇ ਰਹਿਣ ਤੋਂ ਬਾਅਦ ਥੋੜੇ 20 25 ਦਿਨਾਂ ਬਾਅਦ ਮੈਂ 1,80,000 ਰੁਪਏ ਉਹਦੇ ਖਾਤੇ 'ਚ ਉਹਦੇ ਪਿੰਡ ਖਾਤਾ ਸੀ ਪਹਿਲਾਂ ਕਿਹੜੇ ਪਿੰਡ ਦੇ ਸੀ ਉਹਦਾ ਪਿੰਡ ਕਲਿਆਣ ਸੁੱਖਾ ਜੀ ਉਹਦੇ ਖਾਤੇ ਜਮਾ ਕਰਾ ਦਿੰਦੇ ਜੀ 1,80,000 ਜੀ ਦੋ ਬਿਨਾ ਬਾਦੀ ਫਿਰ ਉਹ ਲੋੜ ਪਏ ਫਿਰ ਮੈਂ ਦੇਦੇ ਫਿਰ ਮੈਂ ਬੈਂਕ ਜੀ ਜਮਾ ਕਰਾਉਂਦੇ ਰਿਹਾ ਮੈਂ ਉਹਨੂੰ ਤਿੰਨ ਪਹਿਲੇ ਤਿੰਨ ਸਾਲਾਂ ਚ ਕੋਈ 5-6 ਲੱਖ ਰੁਪਏ ਦੇ ਖਾਤਕ ਮਨੇ ਤੁਹਾਡੇ ਗਲਟ ਹੋਦਾ ਬਾਬਾ ਉਹਦੇ ਕੋਈ ਪਿੱਛੇ ਜਵਾਬ ਸੀ ਨਾ ਫਿਰ ਬਾਦ ਜਿਹੜਾ ਸਾਰਾ ਸਾਡਾ ਹੋ ਗਿਆ ਰਹਿਣ ਲੱਗੇ ਵਿਆ ਉਦੋਂ ਫਿਰ ਮੈਨੂੰ ਪਤਾ ਲੱਗਾ ਜੀ ਫੈਮਿਲੀ ਪਹਿਲਾਂ ਦੱਸੀ ਨਹੀਂ ਪੂਰੀ ਫੈਮਿਲੀ ਨੇ ਉਹਦੀ ਫੈਮਿਲੀ ਇਹ ਸੀਗੀ ਕਿ ਇੱਕ ਤਾਂ ਉਹ ਹਸਵਾਲ ਨਾਲ ਤਲਾਕ ਨਹੀਂ ਹੋਇਆ ਸੀ ਅੱਛਾ ਉਹਦੀ ਬੰਦੀ ਨਹੀਂ ਸੀ ਉਹਦਾ ਘਰ ਆਇਨਾ ਠੀਕ ਹੈ ਜਿਹੜੇ ਕਿ ਤਲਾਕ ਨਹੀਂ ਹੋਇਆ ਸੀ ਠੀਕ ਹੈ ਇੱਕ ਤਾਂ ਇਹ ਜਿਬੇਟੀ ਸੀ अच्छा कोई 45 50 साल दी वो किथे रहंदे हां जी ओदे बच्चे सी जी ओ दी ਕੁੜੀ ਵੀ ਵਿਆਹੀ ਹੈ ਹਮ ਹੁਣ ਦੋ ਮੁੰਡੇ ਸੀ ਅੱਛਾ ਇੱਕ ਮੁੰਡਾ ਸੀ ਕੋਲ ਦਾ 40 ਕੇ ਸਾਲ ਦਾ ਹਮ ਉਹਦੇ ਵਿਆਹਿਆ ਸੀ ਉਹਦੇ ਇੱਕ ਬੇਟਾ ਉਹਦੇ ਅੱਛਾ ਇੱਕ ਮੁੰਡਾ ਛੋਟਾ ਉਹਦੂ ਉਹ ਦੀ 35 ਸਾਲ ਦਾ ਸੀ ਉਹ ਕੋਈ ਬਿਜ਼ਨਸ ਨਹੀਂ ਸੀ ਕੋਈ ਜ਼ਮੀਨ 'ਚ ਕੁਝ ਨਹੀਂ ਜਦੈ ਕੋਲੇ ਉਹ ਤੋ ਵਿਲੇਜ 'ਚ ਜਾਉਣਾ ਪੜਿਆ ਸੀ ਕੋਈ ਬਲ ਜੀ ਉਹ ਤੁਰਿਆ ਫਿਰਦਾ ਸੀ ਇਹ ਦੋ ਸਾਲ ਸਾਤ ਤੋਂ ਬਾਅਦ ਉਹ ਆਦਾ ਪੁੱਤਾ ਉੱਥੇ ਲਿਆਈ ਮੈਂ ਉਹਨੇ ਪੜਾਉਣਾ ਐ ਤੇ ਮੈਂ ਚਾਹ ਪੜਾਉਣਾ ਮੈਨੂੰ ਕੀ ਫਰਕ ਪੰਦਾ ਵਾ ਹੂੰ ਉਹ ਮੁੰਡਾ ਉਹ ਕਰੇ ਪੜਾਣਾ ਸੋਸਾ ਮੇਰੇ ਕੋਲ ਕੋਈ ਦੀ ਜ਼ਮੀਨ ਨਹੀਂ ਕੁਛ ਨਹੀਂ ਹੁਣ ਦੱਸਤਾ ਸੀਗਾ ਵੀ ਆਪਾਂ ਸਾਰੇ ਜ਼ਮੀਨਦਾਨ ਕਰ ਚੁੱਕੇ ਆ ਮੈਂ ਮੈਂ ਉਹਨੇ ਮੈਂ ਕਿਹਾ ਸੀ ਮਾਂ ਨੂੰ ਪਤਾ ਕੀ ਕਿਹਾ ਸੀ ਮੈਂ ਕਿਹਾ ਜਿਹੜੀ ਪਿੰਡ ਬਰੀ ਪ੍ਰਾਪਰਟੀ ਹੈ ਜ਼ਮੀਨ ਜਿਹਾ ਉਹ ਮੈਂ ਦੇ ਚੁੱਕਿਆ ਜੀ ਆ ਮੇਰੀ ਬਟਿੰਡੇ ਵਾਲੀ ਪ੍ਰਾਪਰਟੀ ਹੈ ਨਾ ਹਾਂ ਇਹ ਅੱਜ ਮਿਨੀਮਮ 15 ਕਰੋੜ ਦੀ ਹੈ ਠੀਕ ਹੈ ਇਹ ਬਖ ਤੇਰੀ ਹੈ ਅੱਛਾ ਹਾਂ ਮੈਂ ਕਿਸੇ ਨੂੰ ਨਹੀਂ ਦਿੰਦਾ ਐ ਫਿਰ ਰੋਲਾ ਕਿੱਥੋਂ ਪੈ ਗਿਆ ਮੈਂ ਨਾ ਮੈਂ ਉਹਦੇ ਨਾਲ ਇੱਕ ਬਿੱਲ ਲਿਖਾਤੀ ਜੀ ਵਸੀਅਤ ਵਸੀਅਤ ਲਿਖਾਤੀ ਵਸੀਅਤ ਲਿਖਾਤੀ ਤੇ ਉਸੀ ਲਗਾ ਦੇ ਬਈ ਸੀ ਤਾਂ ਕਿ ਮਾਰਕੀ ਰਜਿਸਟਰੀ ਵਰਗੀ ਹੁੰਦੀ ਹੈ ਹੂੰ ਅਗਵਾ ਮੈਂ ਉਹਨੂੰ ਕਿਹਾ ਤੂੰ ਆ ਦੇ ਬਣਾ ਲੈ ਕਹਨੂੰ ਕਿ ਮੇਰਾ ਅਗਵਾ ਹੋਊਗਾ ਕਹਨੂੰ ਕੋਈ ਮੋਕਰ ਜੇ ਕਰਾ ਬਈ ਇੱਕ ਤਾਂ ਡੀਕਲੇ ਹੈਗਾ ਵੀ ਜੇ ਅਗਵਾ ਮਾੜਾ ਮੇਰੇ ਸਾਈਨ ਸਹੀ ਆ ਨਾ ਫਿਰ ਅਗਵਾ ਮੋਕਰ ਜੇ ਕੋਈ ਫਰਕ ਨਹੀਂ ਪੈਂਦਾ ਜੀ ਚਲੋ ਜੀ ਉਹਦੇ ਅਗਵਾ ਵੀ ਉਹਦੇ ਬੰਦੇ ਬੰਦੇ ਬੁਲਾ ਕੇ ਤੇ ਕਰਤੀ ਉਸ ਬਾਅਦ ਜੇ ਉਹਨੂੰ ਫੈਮਿਲੀ ਦਾ ਹੋ ਗਿਆ ਲਾ ਤਾਂ ਇੰਨੀ ਵੱਡੀ ਫੈਮਿਲੀ ਮੈਂ ਕਿਵੇਂ ਸੰਭਾਲਦਾ ਪਾਸ ਪਾਸ ਤੂੰ ਜਿਹੜਾ ਕੁਗੇ ਦਾ 35 ਸਾਲ ਦਾ ਮੁੰਡਾ ਹੁਣ ਮੈਂ ਕਿਵੇਂ ਸੰਭਾਲ ਦੂ ਜੀ ਮੈਂ ਸਮਝ ਅੱਛਾ ਉਹ ਕਹਿੰਦੀ ਵੀ ਆਪਦੇ ਬੱਚੇ ਲੈ ਕੇ ਤੁਹਾਡੇ ਨਾਲ ਰਹਿਣ ਲੱਗਣਾ ਹੁਣ ਪੁੱਤ ਰਹਿਣ ਲੱਗੀ ਪੁੱਤ ਰਹਿ ਰੱਖ ਰਿਆ ਪੜਾਉਣ ਲੱਗੀ ਮੈਂ ਕਿਰ ਮੈਨੂੰ ਕੋਈ ਫਰਕ ਨਹੀਂ ਅੱਛਾ ਹੁਣ ਉਹਦੇ ਵੱਡੇ ਨੂੰ ਮੈਂ ਕਿਵੇਂ ਸੰਭਾਲਾਂ ਜੀ ਜਿਹੜਾ ਉਹਦਾ ਮੁੰਡਾ ਛੋਟਾ ਸੀ ਉਹਨੇ ਉੱਥੇ ਇੱਕ ਵਾਰੀ ਮੇਰੇ ਘਰੋਂ ਏਸੀ ਚਰਾਤ ਚੋਰੀ ਵੇਚਤਾ ਮੇਰੀ ਗੈਰਾ ਜੀ ਇੱਕ ਮੇਰੇ ਉਹਨੇ ਵੇਚ ਗੈਸ ਸਿਲੰਡਰ ਵੇਚਾ ਮੇਰੇ ਕੋਲ ਡਾਕੂਮੈਂਟ ਜੀ ਦੀ ਪੇਪਰ ਹੋ ਠੀਕ ਹੈ ਉਲਟ-ਪੁਲਟ ਜੇ ਕਰਤੇ ਮੈਂ ਇਹਨੂੰ ਕਹਿ ਲੱਗੇ ਜ਼ਪੱਤਾ ਕਰਾ ਦਿਓ ਮੈਂ ਮੈਂ ਬਾਹਰੋਂ ਰੈਸੋ ਮਰਦਾ ਕਿ ਮੈਂ ਕਿੱਸਾ ਜੀ ਦੋਪਰੇਗਾ ਮੈਂ ਜਿਹੜਾ ਕਰਗਾ ਕਰਕੇ ਮੇਰੇ ਨਹੀਂ ਫਿਰ ਬਾਪੂ ਮਨ ਲਾ ਫਿਰ ਕੀ ਬਸ ਰੋਣਾ ਪੈ ਗਿਆ ਵੀ ਜਦੋਂ ਉਹ ਆਪਦੇ ਘਰਾਂ ਪਿਛਲੇ ਜਵਾਕ ਨਾਲ ਓਏ ਲੱਗੀ ਮਾਲਾ ਪਿਛਲਾ ਘਰ ਦੇਖਣ ਲੱਗੀ ਤੁਹਾਡੇ ਤੋਂ ਲੈ ਕੇ ਪਿੱਛੇ ਦੇਣ ਲੱਗੀ ਹਾਂ ਬਾ ਫਿਰ ਬਿੱਲ ਕਰਾ ਦੀ ਉਹਨੇ ਹੁਣ ਕੀ ਕੀਤਾ ਪਿੱਛੇ ਜੇ ਹਾਂ ਆਦਾ ਇੱਕ ਨਾ ਪੁਲਿਸ ਅਰਜੀ ਦਿੱਤੀ ਐਸਐਚਓ ਜੀ ਠੀਕ ਹੈ ਖਾਲੇ ਜੀ ਠੀਕ ਹੈ ਜੋ ਸਾਰੀ ਵਿਗੜੀ ਐ ਐਸਐਸ ਨੂੰ ਅਰਜੀ ਦੇਈ ਵੀ ਮੈਨੂੰ ਇਥੇ ਜਾਨ ਦਾ ਖਤਰਾ ਮੈਨੂੰ ਧਮਕੀਆਂ ਦਿੰਦਾ ਅੱਛਾ ਪਰ ਮੈਂ ਕਹਿੰਦਾ ਪਬਲਿਕ ਅਈਏ ਕਰੇ ਗੁਰਦਵਾਰੇ ਜਾ ਕੇ ਕਹਦੇ ਵੀ ਮੈਨੂੰ ਧਮਕੀ ਦਿੰਦਾ ਹਾਂ ਹਾਂ ਮੈਂ ਸਾਰੀਆਂ ਮਰਜੂ ਪਰ ਮੈਨੇ ਨਹੀਂ ਜੀ ਲੋਕ ਅਬ ਸੋ ਅਸੱਚੇ ਦੇ ਵੀ ਧਮਕੀਆਂ ਦਿੰਦਾ ਮੈਨੂੰ ਖਤਰਾ ਮੇਰੀ ਜਾਨ ਨੂੰ ਅੱਛਾ ਤੇ ਇੱਕ ਇੱਕ ਹਦੋਂ ਪਹਿਲਾਂ ਸਾਲ ਕੇ ਬਾਅਦ 1.5 ਸਾਲ ਬਾਅਦ ਅਰਜੀ ਦਿੱਤੀ ਜੀ ਉੱਥੇ ਐਸਐਪੀ ਨੂੰ ਉਹਦੇ ਵਿਗੜੀ ਮੈਂ ਫੇਰ ਵੀ ਵਿਗੜੀ ਕਦੀ ਇਹ ਮੇਰਾ ਬਰਾਤਕਾਰ ਕਰ ਗਿਆ ਜੇ ਬਰਾਤਕਾਰ ਦਾ ਪਰਚਾ ਕਰੋ ਇਹ ਹੁਣ ਰਿਕਾਰਡ ਹੈ ਵਿਆਹ ਕਰਾ ਕੇ ਤੇ ਡੀਐਸਪੀ ਜੀ ਨੂੰ ਦੇ ਰਿਹਾਣਾ ਉਹਦੇ ਗਈ ਉਹ ਅਰਜੀ ਉੱਥੇ ਮੈਂ ਵੀ ਜਾਵਣਾ ਮੈਂ ਵੀ ਦੇ ਦਾਂ ਤੇ ਡੀਐਸਪੀ ਕਹਦਾ ਵੀ ਵੀ ਦੱਸ ਅਜੀ ਬਰਾਤਕਾਰ ਉਹਦਾ ਤੂੰ ਇੱਕ ਵਾਰ ਦਾ ਸਰਟੀਫਿਕੇਟ ਹੈ ਗੁਰਦਵਾਰੇ ਦਾ ਵਿਆਹ ਦਾ ਰਾਈਪੀ ਦੀ ਫਿਰ ਤੋਂ ਬਾਕਰ ਬੰਦਾ ਹੀ ਨਹੀਂ ਮਾਲਕ ਤੁਸੀਂ ਕਹਿੰਦੇ ਬਈ ਇੱਕ ਤਰ੍ਹਾਂ ਦੀ ਉਹ ਜਿਹੜੇ ਤਰਾਕ ਬਲੈਕਮੇਲ ਕਰ ਬਲੈਕਮੇਲ ਅਜਾ ਸੈਕਿੰਡ ਵੀ ਕੋ ਤਰਾਕ ਮੈਨੂੰ ਕਹਿੰਦਾ ਤਰਾਕ ਹੋਇਆ ਨਹੀਂ ਸੀ ਤਲਾਕ ਹੋਇਆ ਨਹੀਂ ਸੀ ਜੀ ਮੰਗ ਤੇ ਤੁਹਾਡੀ ਉਮਰ ਇੰਨੀ ਸੀ ਜੇ ਤੁਸੀਂ ਪੈਰ ਵੀ ਪਿੱਛੇ ਕਰ ਨਹੀਂ ਸਕਦੇ ਸੀ ਪਤਾ ਕਰਨਾ ਹੋ ਗਿਆ ਜੇ ਹੋ ਗਿਆ ਬਹੁਤ ਮੈਨੂੰ ਕਿ ਮੈਥੋਂ ਕਿੱਥੇ ਹੁੰਦਾ ਸੀ ਜੀ ਹਾਂ ਤੇ ਬਾਪੂ ਉਹ ਜਿਹੜਾ ਹੈਗਾ ਉਹ ਜਿਹੜਾ ਇੰਟਰਵਿਊ ਦੇ ਵਿੱਚ ਤੁਹਾਡੇ ਤੇ ਹੋਰ ਵੀ ਇਲਜ਼ਾਮ ਲਾਉਂਦੇ ਵੀ ਕਿ ਤੁਸੀਂ ਲੋਕਾਂ ਦੇ ਪੈਸੇ ਬਹੁਤ ਦੇਣੇ ਆ ਹਾਂਜੀ ਉਹ ਕਹਿੰਦੇ ਬਾਪੂ ਕਰਜ਼ਾ ਬਹੁਤ ਦੇਣਾ ਬਾਪੂ ਨੇ ਇਹ ਗੱਲ ਹੈ ਜੀ ਹਾਂ ਨਾ ਮੈਂ ਕਿਹਦਾ ਕਰਜ਼ਾ ਪੰਜੀ ਨਹੀਂ ਦੇਣੀ ਮਰ ਕੇ ਦੱਸੇ ਕੋਈ ਨਹੀਂ ਉਹੀ ਬੁੜੀ ਕਹਿੰਦੀ ਐ ਜਿਹਨਾਂ ਉਹਨਾਂ ਕਹਿੰਦਾ ਜੇ ਇਹਨੇ ਕਰਜ਼ਾ ਦੇਣਾ ਤੇ ਕੋਈ ਐਵੇਂ ਹੁੰਦਾ ਸਬੂਤ ਹੋਵੇ ਨਾ ਵੀ ਆ ਕਰਜ਼ਾ ਕਿਹਦਾ ਕਰਜ਼ਾ ਦੇਣਾ ਪੁੱਛ ਠੀਕ ਹੈ ਤੇ ਤੁਸੀਂ ਮੰਨ ਲਓ ਹੁਣ ਜਿਹੜੇ ਤੁਹਾਡੇ ਨਾਮ ਪ੍ਰਾਪਰਟੀ ਹੈ ਜਿਹੜਾ ਤੁਹਾਡੇ ਆਪ ਦੇ ਘਰ ਵਾਲੇ ਨਾਲ ਮੈਟਰ ਆ ਉਹ ਹੈਗਾ ਜਿਹੜਾ ਉਹਨੇ ਸਟੇ ਲਿਆ ਹੋਇਆ ਪੰਪ ਤੇ ਉਹਨੇ ਸਟੇ ਲਿਆ ਜੀ ਉਹਨੇ ਡਿਗਰ ਜੋ ਲੇਕਿਨ ਉਹਦਾ ਸਾਰਾ ਗੱਲ ਤਾਂ ਮੇਰੇ ਮਤਲਬ ਵਕੀਲ ਨੇ ਦੱਸਿਆ ਵੀ ਤੇਰੇ ਦਾ ਕਾਨੂੰਨੀ ਬੰਦੀ ਨਹੀਂ ਏ ਲੀਗਲੀ ਕਾਨੂੰਨੀ ਕਾਨੂੰਨ ਨਹੀਂ ਕਾਨੂੰਨੀ ਨੇ ਜਦੋਂ ਪਹਿਲਾਂ ਤਲਾਕ ਨੇ ਦਾ ਅਗਲਾ ਫਿਰ ਬਣ ਗਿਆ ਉਹ ਨਹੀਂ ਉਹ ਇਹਦਾ ਸਮ ਜੁਰਮ ਕੀਤਾ ਨਹੀਂ ਗਲਾ ਕੀਤਾ ਬਾਪਾ ਸਾਡੇ ਸਾਡੇ ਸਾਹਾਂ ਦਾ ਵਕੀਲ ਕਹਿੰਦਾ ਕੇਸ ਕੇਸ ਸਟਰ ਹੋ ਜਾਏਗਾ ਇਹ ਦੇਖੋ ਆਦਮੀ ਬੰਦਾ ਵਿਆਹ ਕਰਾ ਲੇ ਲੇਡੀ ਕਰਕੇ ਕੇਸ ਰਿਸਟੋਰ ਜਾਂਦਾ ਇਹ ਸੈਕੰਡ ਮੈਜ ਨਹੀਂ ਕਰਾ ਸਕਦਾ ਸਤਰਾਕ ਬਿਨਾਂ ਨਾ ਲੇਡੀ ਕਰਾਸੀ ਉਹੋ ਹੀ ਕਰ ਲੈਂਦੇ ਆ ਮਬੂ ਹੁਣ ਮੰਨ ਲਓ ਵੀ ਦੁਨਗਾਂ ਨੂੰ ਅੰਤ ਤੇ ਆਪਾਂ ਕੀ ਸੰਦੇਸ਼ ਦੇਣਾ ਚਾਹੋਂਗੇ ਕਿਉਂਕਿ ਤੁਹਾਡੇ ਮੰਨ ਲਓ ਜਿਹੜੇ ਫੈਮਿਲੀ ਮੈਟਰ ਵੀ ਜਿਹੜੇ ਪਹਿਲਾਂ ਭੈਣ ਭਰਾ ਛੱਡ ਕੇ ਪੈਸੇ ਕਰਕੇ ਉਹਨਾਂ ਨੂੰ ਅਸੀਂ ਚੱਲ ਕੱਲਾ ਹੀ ਰਹੇਗਾ ਬਜ਼ੁਰਗ ਇਹ ਵੀ ਤੁਰ ਜਾਊਗਾ ਇਹ ਜ਼ਮੀਨਾਂ ਸਾਡੀਆਂ ਨੇ ਪਰ ਤੁਸੀਂ ਉਹਨੂੰ ਜਿਹੜਾ ਹੈਗਾ ਆਪਦੇ ਸਿਰਾਂ ਨੂੰ ਦੇਤਾ ਉਸ ਤੋਂ ਬਾਅਦ ਤੁਸੀਂ ਚਲੋ 2016 ਦੇ ਵਿੱਚ ਜਿਹੜਾ ਹੈਗਾ ਇੱਕ ਔਰਤ ਨਾਲ ਅਮਰਜ ਕਰਾਈ ਉਹ ਵੀ 2-3 ਸਾਲਾਂ ਬਾਅਦ ਬੇਈਮਾਨ ਹੋ ਗਏ ਆਪਦੇ ਪ੍ਰਾਣਾ ਜਿਹੜਾ ਆਪਦੇ ਬੱਚਿਆਂ ਨੂੰ ਸਾਰਾ ਕੁਝ ਦੇਣ ਲੱਗ ਗਈ ਤੇ 87 ਸਾਲ ਦੀ ਉਮਰ ਆ ਚਲੋ ਕਿਉਂਕਿ ਤੁਸੀਂ ਰੱਬ ਨੂੰ ਜਾਣਦੇ ਨਹੀਂ ਇਹ ਤੋਂ ਬਾਅਦ ਤਾਂ ਬੰਦਾ ਕੀ ਝੂਠ ਮਾਰਦਾ ਇਹ ਤੋਂ ਬਾਅਦ ਹੈਨਾ ਕਿਹੜਾ ਕਿਹ ਦੁਨੀਆ ਦੇ ਵਿੱਚ ਕਿਸੇ ਨੇ ਠੱਗੀ ਮਾਰਨੀ ਹੁੰਦੀ ਆ ਅਸਲ ਦੇ ਵਿੱਚ ਅੰਜਾਮ ਲਾਉਣ ਤੋਂ ਪਹਿਲਾਂ ਉਹ ਬੰਦੇ ਨੂੰ ਦੇਖਣੀ ਵੀ ਚਾਹੀਦੀ ਹੁੰਦੀ ਆ ਕੋਈ ਕਹਿੰਦਾ ਇਹ ਆਏ ਆ ਫਲਾਣਾ ਤੇ ਮੈਂ ਕਿਹਾ ਜਿਹੜਾ ਬੰਦਾ ਯਾਰ ਆਪਾਂ ਕਿਹਾ ਇੱਕ ਪਾਸੇ ਚੂਕਣਾ ਟੁੱਟਿਆ ਪਿਆ ਤੁਰਦਾ ਵਾਕਰ ਤੇ ਆ ਹੱਥ ਪੈਰ ਕੰਬਦੇ ਆ ਮੈਨੂੰ ਲੱਗਦਾ ਉਮਰ ਦੇ ਹਿਸਾਬ ਨਾਲ ਸਾਡੇ ਲੋਕ ਜਿਹੜਾ ਹੈਗਾ ਇਲਜ਼ਾਮ ਵੀ ਮੇਰੇ ਹਿਸਾਬ ਨਾਲ ਉਹ ਹੁੰਦੇ ਆ ਜਿਨ੍ਹਾਂ ਦੇ ਕੁਝ ਸੱਚਾਈ ਕੋ ਝਲਕਣਾ ਚਾਹੀਦਾ ਸਾਡੇ ਵੀ ਦਿਮਾਗ ਆ ਅਸੀਂ ਵੀ ਕਮੈਂਟ ਵਾਲੇ ਨਾਲ ਦੇ ਨੇ ਚੱਕਦੇ ਨੇ ਕੰਮ ਇਧਰੋਂ ਇਧਰ ਨੂੰ ਇਧਰੋਂ ਇਧਰੋਂ ਜਦੋਂ ਹਵਾ ਵਗੀ ਬਾਪੂ ਆਂ ਤੇ ਦੁਨੀਆ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਾਪੂ ਆਉਂਦੀ ਜ਼ਿੰਦਗੀ ਦਾ ਤਜਰਬਾ ਇਹਦੇ ਸਿਰ ਮੈਂ ਇਹ ਨਹੀਂ ਹੈ ਮੇਰੇ ਇੱਕ ਤਾਂ ਇੱਕ ਤਾਂ ਵੀ ਕਿਸੇ ਨਾਲ ਧੋਖਾਦਾਰੀ ਨਾ ਕਰੋ ਇੱਕ ਤੁਸੀਂ ਇਹ ਨਾ ਸੋਚੋ ਹਰ ਬੰਦੇ ਜੇ ਖੁਸ਼ ਰਹਿਣਾ ਜ਼ਿੰਦਗੀ 'ਚ ਪੈਸਾ ਪੈਸਾ ਨਾ ਕਰੋ ਪੈਸਾ ਕੋਈ ਚੀਜ਼ ਨਹੀਂ ਮੈਂ ਕਹਿੰਦਾ ਮੇਰੇ ਅਜੇ ਹੱਥਾਂ 'ਚ ਮੇਰੇ ਪੰਪ ਦੀ ਇਨਕਮ ਜਿਹੜੇ ਹੁੰਦੀ ਸੀ 50 ਸੈਂਟ ਬੈਂਕ ਵਾਲੇ ਪੁਰਾਣੇ ਬੰਦੇ ਨੂੰ ਪੁੱਛ ਰੋ 50 ਸੈਂਟ ਬੈਂਕ ਵਾਲੇ ਕਿ ਮੈਨੂੰ ਕਹਿੰਦੇ ਜਿਹੜਾ ਕੈਸ਼ ਦਾ 10 ਵਜੇ ਤੱਕ ਕੈਸ਼ ਪੇਜ ਦਿੰਦਾ ਸੀ ਮੈਂ ਮੈਨੂੰ ਉਹਦੇ 'ਚ ਭੇਜਦਾ ਕਰ ਮਾਨ ਸਾਹਿਬ ਕਿ ਸਾਨੂੰ ਆ ਜਿਹੜਾ ਕੈਸ਼ ਆਉਂਦਾ ਸਿਰੇ ਖੋਲਦੇ ਆਂ ਸੀ ਲਿਖ ਪੜ ਕਰਨੀ ਪੈਂਦੀ ਆ ਅਸੀਂ ਖੋਲਣਾ ਪੈਂਦਾ ਸਾਨੂੰ ਕਿ ਅੱਜ ਤੁਹਾਡਾ ਕੈਸ਼ ਆ ਜੇ ਉੱਥੇ ਬਾਅਦ ਕੰਮ ਸ਼ੁਰੂ ਕਰ ਦਿੰਦੇ ਮੈਂ ਕਿ ਪੈਸਾ ਬਿਲਕੁਲ ਟੈਲੀਫੋਨ ਆ ਜਾਦਾ ਜਿਹੜਾ ਮਾਨ ਸਾਹਿਬ ਭੇਜੋ ਛੇਤੀ ਯਾਰ ਠੀਕਾ ਮਾ ਗੇ ਪੈਸਾ 5-7 ਲੱਖ ਰੁਪਏ ਤੜਕੇ ਰੋਜ਼ ਜਮਾ ਕਰਾਉਣਾ ਫਿਰ ਦੁਬਾਰੇ ਕਰਾਉਣਾ ਪੈਸਾ ਮਨ ਲਗੇ ਜ਼ਿੰਦਗੀ ਚ ਬਾਹਲਾ ਵੱਡਾ ਐ ਐਵੇਂ ਕੋਈ ਕੁਝ ਵੀ ਨਹੀਂ ਜਮਾਇਆ ਕਰਨ ਮੇਰੇ ਮਨ हिसाब ਨਾਲ ਦੇਖੋ ਜੀ ਲੋ ਫਿਰ ਜ਼ਿੰਦਗੀ ਦੀ ਸਭ ਤੋਂ ਵੱਡੀ ਅਹਿਮਤ ਹੈ ਕਿਹੜੀ ਚੀਜ਼ ਦੀ ਜ਼ਿੰਦਗੀ ਆ ਸਾਡੇ ਵੇਲੇ ਖੁਸ਼ ਰਹੋ ਕਿਸੇ ਦਾ ਬੈਰਬੋਧ ਨਾ ਰੱਖੋ ਕਿਸੇ ਬਾਰੇ ਬਾਲਾ ਨਾ ਸੋਚ ਕਰੋ ਬਾਪੂ ਦੇਖੋ ਜੀ ਰਹਿਣਾ ਤੁਸੀਂ ਤਾਂ ਰੱਬ ਨੂੰ ਮੰਨਦੇ ਹੋ ਰੱਬ ਨੂੰ ਮੰਨਦਾ ਮੋਰ ਕਿਸੇ ਨੂੰ ਮੰਦਾ ਹੀ ਨਹੀਂ ਤੇ ਬਾਪੂ ਕਈ ਬੰਦੇ ਹੁੰਦੇ ਆ ਵੀ ਮਨ ਲਾ ਧਾਰਮਿਕ ਸਥਾਨਾਂ ਨੂੰ ਆਪਣੀ ਪ੍ਰਾਪਰਟੀ ਦੇ ਜਾਂਦੇ ਆ ਜਾਂ ਮਨ ਲਾ ਬਗਾਨਾ ਦਾਨ ਹੀ ਕਰ ਦੋ ਯਾਰ ਹੋਰਾਂ ਨੂੰ ਉਹਦੇ ਤੇ ਇਹਦੇ 'ਚ ਕੀ ਫਰਕ ਆ ਫਿਰ ਉਹਨਾਂ 'ਚ? ਵੇਖੋ ਜੀ ਪਹਿਲਾਂ ਤਾਂ ਆਪਣੇ ਬੰਦੇ ਮੰਨੋ ਆਤਾਰਮਕ ਸਥਾਨ ਤੁਸੀਂ ਉਹਨਾਂ ਵੇਖੀ ਜਾਂਦੇ ਹੋ। ਤੇ ਅਜਾ ਉਹ ਗੱਲਾਂ ਵਿੱਚ ਲੜੀ ਜਾਂਦੇ ਤੁਸੀਂ ਕਿਹਨਾਂ? ਹਾਂ ਉੱਥੇ ਕੀ ਹੋ ਜਾਂਦਾ ਆਪਣੇ ਸਰਸਤਾ ਜਗਰ ਉਹਨਾਂ ਅਚਰਮਨੀ ਕਮੇਟੀ ਹੈ। ਜਿਖਿਆ ਹਾਲ ਹੈ। ਕੀ ਉੱਥੇ ਸਾਲੀ ਪੌਲਿਸ ਇਕ ਕਰੀ ਜਾਂਦੇ ਲੜਾਈ। ਮਤਲਬ ਕਿ ਇਸੇ ਕਰਕੇ ਆਪਾਂ ਜਿਹੜਾ ਹੈਗਾ ਦਾਨ ਦੇਣ ਤਾਂ ਵੀ ਸੋਚਦੇ ਆਂ ਵੀ ਯਾਰ ਇਹ ਆਪ ਪੋਲਿਟਿਕ ਇਹ ਤੁਹਾਨੂੰ ਮੈਂ ਦੱਸਦਾ ਪਹਿਲਾਂ ਬਾਬੇ ਨਾਲਕ ਤੇ ਨਾਲ ਬਾਲਾਬਰਦਾਨਾ ਹੁੰਦਾ ਜੀ ਨਾ। ਜੀ। ਤੇ ਬਾਬੇ ਨੇ ਨਾਲ ਕਹਿਆ ਵੀ ਕੱਲ ਜੋ ਘਾਊਗਾ ਭਾਈ ਜੀ ਫੇਰ ਬਾਬਾ ਉਹ ਬਾਬਾ ਕਹਿੰਦਾ ਬਾਬਾ ਨਾਲ ਕਹਿੰਦਾ ਵੀ ਉੱਥੇ ਸਾਰੇ ਠੱਗ ਹੋਣਗੇ ਹਮ ਹਰ ਬੰਦਾ ਠੱਗੀ ਨੂੰ ਕਰੂਗਾ ਐਜਾ ਜ਼ਮਾਨਾ ਵੀ ਆਉਣਾ ਉਹ ਕਹਿੰਦੇ ਬਾਬਾ ਵੀ ਕੱਲ ਜਾਗੇ ਠੱਗ ਹੋਣਗੇ ਸਾਰੇ ਠੱਗੇ ਕੌਣ ਜਾਊਗਾ ਬਾਬਾ ਨਾਲ ਕਹਿੰਦਾ ਜਿਹੜਾ ਵਿਸਰ ਜੂਗਾ ਠੱਗੇ ਜਾਊਗਾ ਸਹੀ ਗੱਲ ਹੈ ਜਿਹੜਾ ਕੇਦ ਇਤਬਾਰ ਕਰ ਲੂ ਵਿਸਰ ਜੂਗਾ ਕੇ ਜਿਆਦਾ ਉਹ ਠੱਗੇ ਜਾਊਗਾ ਇਹ ਨਹੀਂ ਸਾਡੇ ਇਹ ਬਾਬੇ ਨਾਲ ਕਹਿੰਦਿਆਂ ਉਹਨਾਂ ਦੀਆਂ ਮੈਂ ਤਾਂ ਉਸੇ ਦੀ ਬਲੀ ਕਹਿੰਦਾ ਯਾਰ ਠੀਕ ਆ ਗੱਲ ਠੀਕ ਚਲੋ ਬਾਪੂ ਤੁਸੀਂ ਸਮਝਾ ਦਿੱਤਾ ਪੈਸਾ ਪੈਸਾ ਬੋਲੋ ਕਰੀ ਜੇ ਦੇਖੋ ਕੁਝ ਇੱਕ ਮੈਂ ਤਾਂ ਦਮੈਂ ਲੋਕਾਂ ਦੇ ਪੰਪ ਮੈਂ ਲਾਇਆ ਨਾ ਜੀ ਹਾਂ ਜਮੀਨੇ ਮੇਰੇ ਕੋਲ ਸੀ ਮੈਂ ਰੋਟੀ ਖਾਦਾ ਪਰ ਮੈਨੂੰ ਜਦ ਪੰਪ ਮੈਨੂੰ ਲਾਇਆ ਮੇਰੇ ਕੋਲ ਦਿਮਾਗ ਚ ਕਰੇ ਸੋਚਣੀ ਸੀ ਫਿਰ ਪਰ ਮੈਂ ਤਾਂ ਬਲੀਵ ਕਰਦਾ ਪਰਮਾਤਮਾ ਕਿਉਂ ਦਿੰਦਾ ਪਤਾ ਕੀ ਹੋਇਆ ਮੇਰੇ ਨਾਲ ਮੈਂ ਉੱਥੇ ਬਟਿੰਡੇ ਜਾਂਦਾ ਸੀ ਮੇਰੇ ਉੱਤੇ ਤਾਜੀ ਲੜਕੀ ਸੀ ਹਾਂ ਉਹ ਤੇਜਾ ਸਿੰਘ ਸਾਬਕਾ ਮੰਤਰੀ ਸੀ ਐਸ ਮਿਨਿਸਟਰ ਬਦਲਸਨ ਉਹਨੂੰ ਮਿਲ ਜਾਂਦਾ ਸੀ ਉਥੇ ਮੇਰਾ ਕਲਾਸ ਫੈਲੋ ਸੀ ਵੇਖੋ ਪਰਮਾਤਮਾ ਦਿੰਦਾ ਜਦੋਂ ਸਰ ਮੈਂ ਤਾਂ ਅਮਰੀਕਾ ਉਥੇ ਮੇਰਾ ਕਲਾਸ ਫੈਲੋ ਕਾਲਜ ਇਕੱਠੇ ਬੜਦੇ ਸੀ ਖੁੱਡੀਆਂ ਦਾ ਸੀ ਚਰਨਜੀਤ ਸਿੰਘ ਮਾਨ ਅੱਛਾ ਉਹ ਲੋ ਉਸੇ ਸ਼ਰਮਾ ਵੀ ਬਣਾਇਆ ਸੀ ਹੋਟਲ ਵੀ ਬਣਾਇਆ ਸੀ ਬਠਿੰਡੇ ਜੀ ਤੇ ਉਹਨੇ ਪਾਪ ਲਾ ਕੇ ਸਰਵਿਸ ਸਟੇਸ਼ਨ ਲਾ ਲਿਆ ਵਰਕਸ਼ਾਪ ਬਣਾ ਲਈ ਕੁਝ ਦਿਨ ਬਾਅਦ ਉਹ ਬੰਦ ਕਰਤਾ ਤਾਲਾ ਲਾਤਾ ਮੈਂ ਉਹਨੂੰ ਪੁੱਛਿਆ ਯਾਰ ਤੂੰ ਚਰਨਜੀਤ ਬੰਦ ਕਰੀ ਬੈਠਾ ਇਹ ਚਾਹੁੰਦਾ ਨਹੀਂ ਮੈਨੂੰ ਕਹਿੰਦਾ ਯਾਰ ਮੈਂ ਤਾਂ ਵੇਚ ਰਾਂ ਮੈਂ ਤਾਂ ਸਾਰਾ ਕੁਝ ਵੇਚ ਰਾਂ ਮੈਂ ਚੁੱਪ ਕਰਕੇ ਮੈਂ ਘਰ ਗਿਆ ਸਾ ਤੇ ਜਿਵੇਂ ਮੇਰੇ ਜਿਹੜਾ ਮੈਨਰ ਜੀ ਤਾਈ ਦਾ ਜੋ ਉੱਤੇ ਜਾ ਕੇ ਤੇ ਮੇਰੇ ਕੋਈ ਮਨ ਮੈਂ ਕਿਹਾ ਜੀ ਚਰਜੀ ਤੋਂ ਵਰਕਸ਼ਾਪ ਜੀ ਤੇ ਸਾਰਾ ਕੁਝ ਵੇਚਦਾ ਪੰਪ ਦਾ ਬੰਦ ਹੀ ਹੈ ਹੂੰ ਤੇ ਮੈਂ ਉਹ ਕਹਿੰਦਾ ਤੂੰ ਲੈਣਾ ਹੂੰ ਮੋਹਦਾ ਦੋਸਤ ਸੀ ਉਹ ਮੈਂ ਹਾਂ ਮੈਂ ਲੈ ਲਉ ਉਹਨੇ ਜੀ ਬੇਖੋ ਉਹਨੂੰ ਬੁਲਾ ਲਿਆ ਹੂੰ ਉਹਨੂੰ ਬੁਲਾ ਲਿਆ ਕਾ ਕੇ ਬੈਠ ਗਏ ਉਹਦਾ ਹਾਂ ਚਰਜੀ ਤੇ ਵੇਚਦਾ ਕਹਿੰਦਾ ਵੇਚਦਾ ਜੀ 10 ਫਿਰ ਸਾਰਾ ਜੀ ਲਾਲ ਅਖੇ ਸਾਹਿਬ ਉਹ ਕਹਿੰਦਾ ਜੀ ਮੈਂ 80000 ਰੁਪਏ ਲੈਣਾ ਸਾਰੇ ਸਮਾਨ ਸੋਨੇ ਵਿੱਚ ਦੇ ਦੂ 68000 2 1988 ਦੀ ਗੱਲ ਹੈ ਹੂੰ ਮੈਨੂੰ ਕਿਹੜਾ ਕਿਆ ਵੀ ਮਾਜੀ ਨਾ ਕਰ ਰੋ ਮੇਰੇ ਕੋਲ ਕਿਹੜਾ ਪੈਸੇ ਉਸਤਾਜ ਜਸ ਸਿੰਘ ਨੇ ਉਹ ਮਤਿਹਰ 10000 ਰੁਪਏ ਕੋਲ ਦੇ ਕੇ ਕਰਾਰਨਾਮਾ ਲਖਾਤਾ ਹੂੰ ਵੀ ਕਿ ਕਤੀ ਗਾਸਤ ਤੱਕ ਰਿਚੀ ਕਰਾਰਣੀ ਹੂੰ ਅਸੀਂ ਕਾ ਕੇ ਮੈਂ ਆ ਗਿਆ ਪੈਸੇ ਵੀ ਉਹਨੇ ਆਪ ਦੇ ਕੋਲ ਦਿੱਤੇ ਉਸਤਾਜ ਜਸ ਸਿੰਘ ਨੇ ਅੱਛਾ ਇੱਥੇ ਮੈਂ ਆ ਕੇ ਇੱਥੇ 10000 ਰੁਪਏ ਲੈ ਗਿਆ ਨਾਲੇ ਹੋਰ ਪੈਸੇ ਲੱਗੇ ਦੇ ਫਾਦਰ ਤੋਂ ਹੂੰ ਤੇ ਮੈਂ ਉੱਥੋਂ ਫਿਰ ਪੁੱਛ ਪਚਾ ਕੇ ਮੈਂ ਦਿੱਲੀ ਚੜ ਗਿਆ ਮੈਂ ਪਤਾ ਕਰਿਆ ਕਦੋਂ ਉੱਥੇ ਦਫਤਰ ਇੰਡੀਆ ਦਾ ਉੱਥੇ ਜਾ ਕੇ ਮੈਂ ਗਿਆ ਉਹਨਾਂ ਨਾਲ ਗੱਲ ਕੀਤੀ ਉਹਦੇ ਸਾਡਾ ਪੰਪ ਬੰਦ ਪਿਆ ਉਦੋਂ ਕੰਪਨੀ ਮਗਰ ਫਿਰਦੀ ਬੰਦੇ ਪੰਪ ਲਾਉ ਉਹ ਲੋਕ ਲਾਉਂਦੇ ਨਹੀਂ ਸੀ ਮਾਲਕ ਜੀ ਤੁਸੀਂ ਕਹਿਣਾ ਵੀ ਪ੍ਰਮਾਤਮਾ ਨੇ ਜਦੋਂ ਦੇਣਾ ਘਰੇ ਬਣਾ ਦੇ ਬੜਕ ਮੈਂ ਪਿੰਡ ਘਰੋਂ ਗਿਆ ਮੇਰੇ ਦਵਾਈ ਨਹੀਂ ਮੈਂ ਪੰਪ ਲਾਉਣਾ ਉੱਥੇ ਜਾ ਕੇ ਆ ਗਿਆ ਬਿਲਕੁਲ ਸੋ ਬਾਬੂ ਤੁਹਾਡਾ ਕਿਥੋਂ ਦੇ ਹੋ ਤੁਸੀਂ ਹਾਂਜੀ ਮੈਂ ਐਸਟੀ ਜੀ ਸਿਲੈਕਸ਼ਨ 'ਚ ਵੀ ਆ ਗਿਆ ਸੀ ਅਮਰਜੈਂਸੀ ਕਮਿਸ਼ਨ 'ਚ 62 'ਚ ਠੀਕ ਹੈ ਜੀ ਚੀਨ ਤੇ ਇੰਡੀਆ ਦੀ ਲੜਾਈ ਲੱਗੀ ਉਹ ਇਹਨਾਂ ਅਫਸਰ ਭਰਤੀ ਕਰੀ ਸੈਕੰਡ ਲੈਫਟ ਡਾਕਟ ਠੀਕ ਹੈ ਪਰ ਮੇਰਾ ਜਾ ਗਿਆ ਨਹੀਂ ਮਦਰ ਨੌਕਰੀ ਕਰਨ ਲਈ ਜਲੀ ਜੇ ਕਰਿਆ ਕਈ ਸਾਈ ਬਸ ਚਟ ਕੀਰੋ ਆ ਬਣਿਆ ਜਦ ਮੇਰਾ ਪਾਪ ਦਾ ਤੇ ਮੈਨੂੰ ਸੋਚੇ ਜੋ ਘਰ ਮਾ ਗਿਆ ਕਿਹੜਾ ਸੋਚ ਕੇ ਮੈਂ ਕਰ ਜਾਊਂਗਾ ਕੁਦਰਤ ਜੋ ਮਰ ਗਿਆ ਤੇ ਉੱਥੇ ਸੋਦਾ ਉਸੇ ਸੋਦਾ ਕੇ ਘਰ ਮਾ ਗਿਆ ਮੈਂ ਤੇ ਬਾਪ ਨੂੰ ਕਿਹਾ ਕਰ ਲਿਆ ਚਾ ਠੀਕ ਆ ਕਰ ਤੂੰ ਸੋ ਆਏ ਦਦਾ ਪਰਵਾਤ ਮੈਂ ਕਹਦਾ ਹੀ ਕਹਣਾ ਨਾ ਯਾਰ ਪੈਸਾ ਤੇ ਪੈਸੇ ਐਨੇ ਆਏ ਪਹਿਲਾਂ ਰਸਣਾ ਕਹਿੰਦੇ ਸਾਡੇ ਵਿੱਚ ਸੇਰੇ ਨਹੀਂ ਸੀ ਫਿਰ ਮਸ਼ੀਨ ਰੱਖੀ ਜੀ ਪੈਸੇ ਕਰਨ ਦੀ ਹਮਮ ਔਰ ਬਾਕੀ ਦੇਖੋ ਕਿਉਂ ਬੰਦੇ ਰੋ ਮੇਰੇ ਠੱਗੀਬਾਰੀ ਬੈਂਕ ਵਾਲੇ ਨੇ ਜੀ ਤੁਸੀਂ ਮੈਂ 2013 ਚ ਮੇਰਾ ਹੋ ਗਿਆ ਨਾ ਡਿਫਾਲਟਰ ਬਣ ਗਿਆ ਮੈਂ 1 ਕਰੋੜ 4 ਲੱਖ ਰੁਪਏ ਦਾ ਮੇਰੇ ਕੋਲ ਪਿਆ ਕਰਜ਼ਾ ਬੈਂਕ ਨੇ ਮੈਨੂੰ ਦੇਦਾ ਵੀ ਇੰਨਾ ਬਣਦਾ ਜ਼ਰਾ ਪਿਆਜੂ ਪਾ ਕੇ ਹਾਂ ਮੈਂ ਕਰਦਾ ਰਿਹਾ ਗੱਲ ਬੱਝ ਗਈ ਉਹਨਾਂ ਨੇ ਕਿਹਾ ਬੈਂਕ ਵਾਲੇ ਕਹਿੰਦੇ ਯਾਰ ਕਿੰਨੇ ਮਾ ਜੀ ਮੇਰੇ ਕੋਲ ਇੰਨੇ ਪੈਸੇ ਨਹੀਂ ਹਾਂ ਉਹ ਕਹਿੰਦੇ ਮੈਂ ਕਹਿੰਦੇ 25-30 ਲੱਖ ਸਬ ਕਰਕੇ ਦੇ ਦੇਣਾ ਉਹ ਮੈਨੂੰ ਕਹਿੰਦੇ ਤੂੰ ਸਾਨੂੰ 44 ਲੱਖ ਰੁਪਏ ਦੇ ਦੇ ਹਾਂ ਦੇਖੋ 1 ਕਰੋੜ ਦਾ ਤੇਰੇ ਤੋਂ ਕੇਸ ਨਹੀਂ ਕਰਨਾ ਸੀ ਅਦਗਾਟਨ ਦਾ ਮੈਥੋ ਕਰਾਇ ਸੀ ਉਹਨੇ ਏਟੀਐਮਾਂ ਦੇ ਹੂੰ ਤੇ ਚਲੋ ਓਏ ਬੰਦੇ ਨੂੰ ਜੋ ਪਤਾ ਲੱਗਿਆ ਇਹਨੇ ਬੈਂਕ ਇਹ ਕਹਿੰਦਾ ਮੈਂ ਦੱਸਿਆ ਬੈਂਕ ਕਰਕੇ ਸਾਡਾ ਆਦੇ ਰਿਸ਼ਤੇਦਾਰ ਸੋ ਕਰਕੇ ਜੀ 40 ਲੱਖ ਮੇਰੇ ਖਾਤੇ ਜਮਾ ਕਰਾਦਾ ਬੈਂਕ ਕਰੇ ਕੱਟ ਲੈ ਮੈਂ ਕਹਿੰਦਾ ਆਪਣੇ ਸਰਟੀਫਿਕੇਟ ਦਾ ਪਿੱਛੇ ਕੋਈ ਪੈਸਾ ਨਹੀਂ ਲੜਦਾ ਕੋਈ ਕਲੀਅਰ ਉਹ ਇੱਥੇ ਖਾਤਾ ਉਸ ਬੈਂਕ ਮੈਂ ਕਦੇ ਖਾਤਾ ਨਹੀਂ ਖੁੱਲਿਆ ਅਜੇ ਤੱਕ ਦੂਜੇ ਬੈਂਕਾਂ 'ਚ ਖਾਤਾ ਜੀ ਉੱਥੇ ਉੱਥੇ ਹੋਰ ਕੋਟ ਮਿਟ ਕਰਕੇ ਮੁੜ ਕੇ ਫਿਰ ਜੋ ਮੇਰੇ ਕੋਲ ਆਵੇ ਤੂੰ ਮੈਂ ਕਿਹਾ ਮੈਂ ਤੇਰੇ ਕੋਲ ਕਿੱਥੋਂ ਦੇਵਾਂ ਮੈਂ ਤੇ ਦੇਣੇ ਆ ਮੈਂ ਲੋਕਾਂ ਜੀ ਕਹਿੰਦਾ ਜੇ ਪੁੱਛਦਾ ਮੈਂ ਦੇਣੇ ਤੇ ਯਾਰ ਐ ਨਹੀਂ ਮੈਂ ਕਿਹਾ ਮੈਂ ਨਹੀਂ ਦੇਣੇ ਮੈਂ ਦੇਣੀ ਇਹਦੇ ਮੇਰੇ ਦਾਕ ਕਰ ਦਵਾ ਕਰਾਇਆ ਮੇਰੇ ਬਿਰਮ ਚੈਨ ਕਰਉਣ ਚਾਹਿਆ ਇਹ ਮਾਮਲਾ ਹਾਇ ਚੱਲੀ ਜਾਂਦਾ ਉਸ ਤੋਂ ਬਾਅਦ ਫਿਰ ਉਹਨੇ ਵੇਖਿਆ ਤਾਂ ਹੁੰਦਾ ਨਹੀਂ ਚੱਕ ਕੇ ਲਏ ਹੁਣ ਮੇਰੇ ਦਸਤਖਾ ਕਰਾ ਲਏ ਮੈਂ ਇਹ ਤਸੀਦਾਰ ਡੀਸੀ ਐਸਐਫੀਜ਼ ਮੁੱਖ ਮੰਤਰੀ ਸਾਰਿਆਂ ਨੂੰ ਲਿਖ ਕੇ ਭੇਜਤਾ ਤਸੀਦਾਰਾਂ ਨੂੰ ਭੇਜਦਾ ਮੈਂ ਵੀ ਮੇਰੇ ਤੱਕੇ ਦਾ ਦਸਤਖਾ ਕਰੇ ਸਰਕਾਰ ਇਹ ਜੀ ਹੈ ਉਹ ਸਾਡਾ ਮਾ ਨਹੀਂ ਹੈ ਤੁਸੀਂ ਮਾਨ ਕੋਲ ਸੇ ਆ ਉਹ ਵੀ ਮਾਨ ਤੇ ਉਹ ਬਸ ਹੋ ਗਿਆ ਕਿਸੇ ਅਫਸਰ ਨੇ ਸਾਡੇ ਸਾਦਕੇ ਪੁੱਛਿਆ ਹੋਵੇ ਇਹ ਸਮੇ ਇਹ ਸਿਸਟਮ ਮੰਨ ਲਓ ਸੀਨੀਅਰ ਸਿਟੀਜ਼ਨਾਂ ਦੀ ਇੰਨੀ ਕ ਪੁੱਛ ਗਏ ਸੀ ਸੀਨੀਅਰ ਸਿਟੀਜ਼ਨ ਕਹਿੰਦੇ ਜੀ ਇਹਦਾ ਮਾਨ ਸਾਹਿਬ ਦਾ ਚਾਹੀਦੇ ਸੀ ਬੰਦੇ ਕਲੀਨਿਕ ਲਈ ਕਹਿੰਦਾ ਖੜਾ ਹੋ ਮਾਨ ਸਾਹਿਬ ਗਾਣੇ ਗਾਣੇ ਚੱਗੇ ਜੀ ਤੇਰੇ ਪਹਿਲਾਂ ਵਾਲੇ ਆ ਤੇਰੇ ਕੰਮ ਤੇ ਨਹੀਂ ਸਿਆਸਤ ਤੇਰੇ ਵਾਸਤੇ ਨਹੀਂ ਹਾਂਜੀ ਸਿਆਸਤ ਤੋਂ ਥੋੜੇ ਹਾਂ ਸਿਆਸਤ ਦਾ ਕੰਮ ਕਿੱਥੇ ਜਿਹੜਾ ਬੰਦੇ ਨਾਲ ਗਾਣੇ ਕਰਦੇ ਰਿਹਾ ਉਹ ਸਿਆਸਤ ਕਿੱਥੇ ਕਰੂਗਾ ਸਿਆਸਤ ਵੀ ਬੱਚੇ ਬਚਪਨ ਤੋਂ ਜਦ ਉਹਨੂੰ ਬਰਾਂਸ ਤੇ ਮਿਲਦੀ ਰਹਦੀ ਹੈ ਕਿੱਥੇ ਚੱਕੇ ਮਾਂ ਸਾਨੂੰ ਮੁਖਵਤੀ ਲੋਕਾਂ ਨੇ ਲੋਕਾਂ ਦਾ ਚਾਹਦੇ ਸੀ ਕੋਈ ਵਦਰਾ ਆਵੇ ਬਿਲਕੁਲ ਤੁਸੀਂ ਸਮਝਾਇਆ ਤਾਂ ਬਾਪੂ ਕਿਉਂਕਿ ਮੈਨੂੰਦਾ ਗੱਲਾਂ ਬਹੁਤ ਹੋ ਗਈਆਂ ਬਹੁਤ ਬਹੁਤ ਧੰਨਵਾਦ ਸੋ ਇਹ ਸਣ ਮਾਨ ਸਾਹਿਬ ਜਿਨ੍ਹਾਂ ਨੇ ਆਪਦੇ 30 ਕਿਲੇ ਜਿਹੜਾ ਹੈਗਾ ਆਪਾਂ ਗੱਲ ਕਰੀ ਆਪਦੇ ਸਿਰੀਆਂ ਪਾਲੀਆਂ ਨੂੰ ਦਾਨ ਕੀਤੇ ਆ ਤੇ ਉਹਨਾਂ ਦਾ ਇੱਕ ਸ਼ਿਕਵਾ ਪੰਜਾਬ ਸਰਕਾਰ ਤੇ ਵੀ ਹੈ ਕਿ ਉਹਨਾਂ ਨੂੰ ਕਨੈਪ ਕਰਾ ਕੇ ਜਿਹੜਾ ਹੈਗਾ ਉਹਨੂੰ ਤੇ ਧੱਕੇ ਨਾਲ ਇੱਕ ਖਾਲੀ ਕਾਗਜ਼ ਤੇ ਠੀਕ ਆ ਉਹਨਾਂ ਦਾ ਸ਼ਰੀਕੇ ਕਬੀਲੇ ਚੋਂ ਇੱਕ ਵਿਅਕਤੀ ਨੇ ਸਾਈਨ ਕਰਾ ਲਏ ਪਰ ਐਸਐਸਪੀ ਡੀਐਸਪੀ ਅਲੱਗ-ਅਲੱਗ ਥਾਵਾਂ ਤਾਈ ਉਹਨਾਂ ਨੇ ਆਪਦੀ ਪਹੁੰਚ ਕੀਤੀ ਪਰ ਕਿਸੇ ਨੇ ਵੀ ਉਹ ਨਾ ਤਾਂ ਉਹਨਾਂ ਦੀ ਉਮਰ ਦਾ ਇਲਾਜ ਕੀਤਾ ਵੀ 87 ਸਾਲ ਦੇ ਬਜ਼ੁਰਗਾਂ ਨਾ ਉਹਨਾਂ ਦੀ ਸਿਹਤ ਦਾ ਖਿਆਲ ਕੀਤਾ ਕਿ ਉਹ ਜਿਹੜੇ ਵਾਕਰ ਤੇ ਤੁਰਦੇ ਆ ਤੇ ਨਾ ਹੀ ਉਹਨਾਂ ਨੇ ਇਹ ਦੇਖਿਆ ਕਿ ਇਹ ਬੰਦਾ ਯਾਰ ਸਮਾਜ ਨੂੰ ਕੀ ਸੇਧ ਦਿੰਦਾ ਕਿਉਂਕਿ ਇੱਕ ਪਾਸੇ ਤਾਂ ਉਹ ਲੜਾਈਆਂ ਚੱਲਦੀਆਂ ਰਹਿੰਦੀਆਂ ਜਿੱਥੇ ਕਹਿੰਦੇ ਰਹਿੰਦੇ ਆ ਜਿਹੜੇ ਆਪਾਂ ਗੱਲ ਕਰ ਗਏ ਜਿਨ੍ਹਾਂ ਦਾ ਨਾ ਉਹ ਮਾਸ ਦਾ ਰਿਸ਼ਤਾ ਠੀਕ ਆ ਕਿਸਾਨ ਤੇ ਉਹਦੇ ਕਾਮਿਆਂ ਦਾ ਤੇ ਇਹਨਾਂ ਨੇ ਉਹ ਆਪਾਂ ਗੱਲ ਕਰ ਗਏ ਉਹ ਕਿਰਤ ਦੀ लाज ਰੱਖੀ ਕਿੱਥੇ ਤਾਂ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਸੀਗਾ ਪੰਜਾਬ ਲੈਵਲ ਤੇ ਵਰਲਡ ਲੈਵਲ ਤੇ ਵੀ ਸਾਡਾ ਪੰਜਾਬ ਇੱਕ ਇਹ ਵੀ ਹੈ ਤੇ ਪਰ ਉੱਥੇ ਕੀ ਉਹਨਾਂ ਦੀਆਂ ਜਿਹੜਾ ਹੈਗਾ ਲਗਾਤਾਰ ਲਕੀਰਾਂ ਵੀ ਖਡਾਂਗਾ ਜਾ ਰਹੀਆਂ ਪਤਾ ਨਹੀਂ ਉਮਰ ਦਾ ਤਕਾਜ਼ਾ ਕਿਉਂਕਿ 88 ਸਾਲ ਦੇ ਇਹ ਤਾਂ ਪਤਾ ਨਹੀਂ ਹੁੰਦਾ ਰੱਬ ਨੇ ਕਿਹਦਾ ਨੰਬਰ ਪਹਿਲਾਂ ਲਿਖਿਆ ਉਸ ਦਾ ਮੈਂ ਪਹਿਲਾਂ ਓਟ ਜਾ ਪਰ ਇੱਕ ਗੱਲ ਆ ਯਾਰ ਸਾਨੂੰ ਜਾਂਦੇ ਜਾਂਦੇ ਵਧਾਈ ਤਾਂ ਬੰਦੇ ਨੂੰ ਚੰਗੀ ਦੇਣੀ ਚਾਹੀਦੀ ਹੈ ਸੋ ਇਹ ਜਿਹੜੇ ਵੀਡੀਓ ਜਰੂਰ ਸਰਕਾਰਾਂ ਤੱਕ ਹੀ ਪਹੁੰਚਾਓ ਤੇ ਬਾਕੀ ਤੁਸੀਂ ਵੀ ਇਹਦੇ ਬਾਰੇ ਕਮੈਂਟ ਕਰਿਓ ਕਿ ਵਾਕਈ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਵਾਕਈ ਬਹੁਤ ਚੀਜ਼ਾਂ ਬਚੀਆਂ ਸ਼ਾਇਦ ਇਹ ਧਰਤੀ ਤਾਂ ਹੀ ਖੜੀ ਹੈ ਨਹੀਂ ਤਾਂ ਜਿਵੇਂ ਬੰਦਾ ਬੰਦੇ ਨੂੰ ਵਢਣ ਤੇ ਹੋਇਆ ਪਿਆ ਹੋ ਸਕਦਾ ਦੋ ਤਨ ਦਰਾਂ ਚ ਨਰਕ ਜੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਤੇ ਇਨਾ ਗੁਰਪ੍ਰੀਤ ਕੋਟਲੀ YouTube ਇੱਕ ਬੰਦਾ ਇੱਕ ਬੰਦਾ ਕਹਿੰਦੇ ਵੀ ਮੈਂ ਇਹਦੇ ਕੋਲ 5 ਰੁਪਏ ਲੈਣੇ ਇੱਕ ਬੰਦਾ ਕਹਿੰਦੇ ਸਾਰੇ ਪੰਜਾਬ ਚ ਵੀ ਮੈਂ ਇਹਦੇ ਕੋਲ ਕੋਈ ਦੁਕਾਨ ਵਾਲਾ ਕਹਿੰਦੇ ਮੈਂ ਇਹਨੂੰ ਕੋਈ ਪੰਜ ਦੇ ਪੈਸੇ ਲੈਣੇ ਇਹ ਵੀ ਤੁਸੀਂ ਪਾ ਦੇ ਇੱਕ ਬੰਦਾ ਮੈਂ ਚੈਲੰਜ ਕਰਦਾ 15 ਕਰੋੜ ਦੀ ਪ੍ਰਾਪਰਟੀ ਹੈ ਮੈਂ ਸਾਰੀ ਛੱਡ ਦੂੰ ਦੇਖੋ ਆ ਕੇ ਕਹਿੰਦੇ ਹਾਂ ਜੀ ਮੈਂ ਇਹਦੇ ਕੋਈ 5000 ਲੈਣਾ 2000 ਲੈਣਾ 1000 ਲੈ ਇੱਕ ਬੰਦਾ ਕਹਿੰਦੇ ਸਾਰੇ ਪੰਜਾਬ ਚ ਬਿਲਕੁਲ ਧੰਨ